ਜਦੋਂ ਲੱਭ ਪੰਜਾਬ ਬਣਿਆ ਸੀ ਨਾ ਉਦੋਂ ਮੈਨੂੰ ਉਨੀ ਲੱਭ ਨਹੀਂ ਰਹੀ ਸੀ ਪ੍ਰੋਬਲਮਸ ਜਿੰਨੀਆਂ ਦੱਸੀਆਂ ਜਾ ਰਹੀਆਂ ਪੰਜਾਬ ਬਾਰੇ। ਇਹ ਸਾਜੀ ਸੀ ਪੰਜਾਬ ਇੰਨਾ ਨਹੀਂ ਮਰ ਸਕਦਾ ਯਾਰ ਜਿੰਨਾ ਮਾਰਤਾ ਸੀਗਾ। ਪਰ ਚਲੋ ਅੱਜ ਪੰਜਾਬ ਨੇ ਸਾਬਤ ਕਰਤਾ, ਨੌਜਵਾਨ ਕਹਿ ਰਹੀ ਵੀ ਖੜ ਜਾਓ ਕੋਈ ਨਹੀਂ ਸਬਰ ਕਰੋ, ਅਸੀਂ ਤੁਹਾਨੂੰ ਦਿਖਾਵਾਂਗੇ ਕਿ ਤੁਸੀਂ ਨਿਰਾਸ਼ ਨਾ ਹੋ ਕਿ ਨੌਜਵਾਨੀ ਇਸ ਪੰਜਾਬ ਦੀ ਇਸ ਮੁਲਕ ਦੀ ਕਦੇ ਨਹੀਂ ਮਰ ਸਕਦੀ। ਤੁਸੀਂ ਇਮੋਸ਼ਨਲ ਹੋਏ ਜਿਸ ਤਰੀਕੇ ਨਾਲ, ਕੁਝ ਦੇਖਿਆ ਧਰਨੇ ਦੇ ਵਿੱਚ ਅੱਜ ਆਏ ਹੋ, ਕੁਝ ਦੇਖਿਆ ਤਾਂ ਇਮੋਸ਼ਨਲ ਹੋਏ ਜਾਂ ਕੋਈ ਖਾਸ ਵਜ੍ਹਾ? ਮੈਂ ਆਪਣੀਆਂ ਅੱਖਾਂ ਨਾਲੋਂ ਪੰਜਾਬ ਵੇਖਿਆ ਸੀਗਾ, ਜਿੱਥੇ ਭਾਈਚਾਰਾ ਸੀਗਾ, ਜਿੱਥੇ ਭੁੱਖਿਆਂ ਲਈ ਲੰਗਰ ਸੀਗਾ। ਮੈਂ ਉਹ ਪੰਜਾਬ ਵੇਖ ਕੇ ਮੈਂ ਕਿਹਾ ਯਾਰ ਹਾਂ, ਅਸੀਂ ਖੁਦ ਸ਼ੁਕਰ ਹੈ ਅਸੀਂ ਆਪਣੀਆਂ ਅੱਖਾਂ ਨਾਲ ਉਹ ਵੇਖ ਲਿਆ। ਫਿਲਮ ਮੇਕਿੰਗ ਦਾ ਕੰਮ ਕਰਦੇ ਹੋ ਤੁਸੀਂ, ਫਿਲਮਾਂ ਲਿਖਦੇ ਵੀ ਹੋ, ਕਦੇ ਆਇਆ ਦਿਮਾਗ ਦੇ ਵਿੱਚ ਵੀ ਇਸ ਸੀਨ ਨੂੰ ਲੈ ਕੇ ਤੁਸੀਂ ਬਹੁਤ ਜ਼ਿਆਦਾ ਭਾਵੁਕ ਹੋ ਗਏ, ਮੋਰਚੇ ਨੂੰ ਲੈ ਕੇ ਭਾਵੁਕ ਹੋ ਗਏ, ਕਦੇ ਹੈ ਦਿਲ ਦੇ ਵਿੱਚ ਕੋਈ ਇੱਦਾਂ ਦੀ ਫਿਲਮ ਜਾਂ ਕਹਾਣੀ ਕੁਝ ਬਣਿਆ? ਮੈਂ ਭਾਵੁਕ ਨਹੀਂ ਸੀ, ਬਟ ਮੈਨੂੰ ਥੋੜ੍ਹਾ ਫੀਲ ਹੋਇਆ ਸੀ ਯਾਰ ਅਸੀਂ ਵੇਰ ਹੀ ਨਹੀਂ, ਸਾਨੂੰ ਪਤਾ ਨਹੀਂ। ਬਟ ਉਸ ਤੋਂ ਬਾਅਦ ਦਿੱਲੀ ਵੱਲ ਜਾ ਰਹੀਆਂ ਸੀ ਟਰਾਲੀਆਂ, ਜੋ ਨਵਦੀਪ ਵਾਲਾ ਜਿਹੜਾ ਸੀਗਾ ਉਹ ਵਾਟਰ ਕੈਨਨ ਵਾਲਾ, ਉਹ ਮੈਨੂੰ ਲੱਗਦਾ ਓਲੰਪਿਕ ਦੇ ਜਿਹੜੇ ਗੋਲਡ ਮੈਡਲ ਜਿੱਤੇ ਨੀਰਜ ਚੋਪੜਾ ਨੂੰ, ਉਸ ਲੈਵਲ ਦਾ ਕੰਮ ਸੀ ਉਹ। ਉਦਣ ਲੋਕ ਭਾਵੁਕ ਹੋਏ ਸੀ, ਇਮੋਸ਼ਨਲ ਹੋਏ ਸੀ, ਲੋਕ ਤਾੜੀਆਂ ਮਾਰੀਆਂ ਸੀ, ਲੋਕਾਂ ਦੇ ਖੂਨ ਖੋਲਿਆ ਸੀ। ਉਦੋਂ ਬੈਰੀਕੇਡ ਉਹ ਹੀ ਨਹੀਂ ਟੁੱਟ ਰਹੇ ਸਨ, ਬੈਰੀਕੇਡ ਉਦੋਂ ਨਫ਼ਰਤ ਦੇ ਟੁੱਟ ਰਹੇ ਸਨ। ਮੈਂ ਉਹ ਨਫ਼ਰਤ ਦੇ ਬੈਰੀਕੇਡ ਟੁੱਟ ਰਿਹਾ ਵੇਖ ਰਿਹਾ ਸੀ ਕਿ ਜਿਹੜਾ ਲਿਖਾਰੀ ਕਹਿ ਲਓ ਜਾਂ ਜਿਹੜਾ ਵੀ ਸਿਆਣਾ ਬੰਦਾ ਕਹਿ ਲਓ ਯਾਰ। ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ, ਮੈਂ ਹਾਂ ਸਿਮਰਨਜੀਤ ਸਿੰਘ। ਇਸ ਵੇਲੇ ਅਸੀਂ ਮੌਜੂਦ ਹਾਂ ਸਿੰਘੂ ਬਾਰਡਰ ਤੇ, ਸਾਡੇ ਨਾਲ ਨੇ ਬਾਈ ਅੰਬਰਦੀਪ ਸਿੰਘ। ਸਵਾਗਤ ਹੈ ਬਾਈ ਰੋ ਪੰਜਾਬ ਟੀਵੀ। ਸਤਿ ਸ਼੍ਰੀ ਅਕਾਲ ਵੀ, ਥੈਂਕ ਯੂ ਸੋ ਮਚ। ਕਿਹਾ ਜਾਂਦਾ ਕਲਾਕਾਰਾਂ ਦਾ ਦਿਲ ਬਹੁਤ ਸੂਖਮ ਹੁੰਦਾ ਹੈ, ਖਾਸ ਕਰ ਜਿਹੜੇ ਲੇਖਕ ਹੁੰਦੇ ਆ, ਰਾਈਟਰ ਹੁੰਦੇ ਆ। ਅੱਜ ਪੀਸੀ ਦੇ ਵਿੱਚ ਵੀ ਤੁਸੀਂ ਭਾਵੁਕ ਹੋ ਗਏ ਸੀਗੇ, ਮੈਂ ਪੁੱਛਣਾ ਚਾਹੂੰਗਾ ਇਸ ਇਮੋਸ਼ਨਲਨੈਸ ਦਾ ਜਿਹੜਾ ਕਾਰਨ ਕੀ ਹੈ? ਨਹੀਂ ਪਤਾ ਨਹੀਂ, ਇੱਦਾਂ ਨਹੀਂ ਕਿ ਰਾਈਟਰ ਭਾਵੁਕ ਹੁੰਦੇ ਆ, ਇੱਦਾਂ ਨਹੀਂ ਹੈ ਇਹ ਧਾਰਨਾ। ਇਹ ਹਾਂ ਇਹ ਧਾਰਨਾ ਹੋ ਸਕਦੀ ਹੈ, ਪਰ ਇੱਦਾਂ ਨਹੀਂ ਹੈ। ਬਟ ਹਾਂ ਇਹ ਥੋੜ੍ਹਾ ਜਿਹਾ ਇੱਦਾਂ ਹੁੰਦਾ ਕਿਉਂਕਿ ਆਪਾਂ ਜਦੋਂ ਥੋੜ੍ਹਾ ਜਿਹਾ ਜਿਹੜਾ ਵੀ ਫੀਲ ਵੱਧ ਕਰ ਸਕਦੇ ਹੁੰਦੇ ਹਨ ਜਾਂ ਕਰ ਕਰਕੇ, ਕਿਉਂਕਿ ਚੀਜ਼ਾਂ ਬਣਾ ਬਣਾ ਕੇ ਉੱਦਾਂ ਹੈ ਨਾ ਉਹਨਾਂ ਨੂੰ, ਜਾਂ ਉਹਨਾਂ ਨੂੰ ਇਹ ਪਤਾ ਲੱਗ ਜਾਂਦਾ ਵੀ ਇਹਦੇ 'ਚ ਕਿੰਨੀ ਸੂਖਮਤਾ ਹੈਗੀ ਹੈ। ਸ਼ਾਇਦ ਉਹਨੇ ਇਮੋਸ਼ਨਲ ਨਾ ਹੁੰਦੇ ਹੁਣ, ਉਹ ਇਹ ਫੀਲ ਕਰ ਸਕਦੇ ਵੀ ਇਹ ਜਿਹੜੀ ਇਹ ਜਿਹੜਾ ਇੰਸੀਡੈਂਟ ਹੈ ਇਹ ਇਮੋਸ਼ਨਲ ਹੈਗਾ ਕਿ ਨਹੀਂ ਹੈਗਾ, ਇਹ ਲੋਕਾਂ ਨੂੰ, ਇਹ ਲੋਕਾਂ ਦੀ ਭਾਵੁਕਤਾ ਨੂੰ ਟੱਚ ਕਰ ਸਕਦਾ ਨਹੀਂ ਕਰ ਸਕਦਾ। ਸੋ ਮੈਨੂੰ ਇਹ ਲੱਗਦਾ ਕਿ ਕਲਾਕਾਰ ਜਿਹੜਾ ਆ, ਜੋ ਕੋਈ ਵੀ ਕਲਾਕਾਰ ਹੈ, ਕੱਲਾ ਰਾਈਟਰ ਨਹੀਂ, ਹਰ ਕਲਾਕਾਰ, ਦੇਖੋ ਆਪਾਂ ਧਰਨੇ ਤੋਂ ਅਲੱਗ ਚਲੇ ਗਏ ਕਲਾਕਾਰ। ਮੈਂ ਉੱਥੇ ਹੀ ਆਉਣਾ, ਜੇ ਤੁਸੀਂ ਇਮੋਸ਼ਨਲ ਹੋਏ ਜਿਸ ਤਰੀਕੇ ਨਾਲ, ਕੁਝ ਦੇਖਿਆ ਧਰਨੇ ਦੇ ਵਿੱਚ ਅੱਜ ਆਏ ਹੋ, ਕੁਝ ਦੇਖਿਆ ਤਾਂ ਇਮੋਸ਼ਨਲ ਹੋਏ ਜਾਂ ਕੋਈ ਖਾਸ ਵਜ੍ਹਾ? ਮੈਂ ਤਾਂ ਪਹਿਲੀ ਵਾਰੀ ਜਦੋਂ ਆਇਆ ਸੀ ਨਾ ਜੀ, ਉਦੋਂ ਹੀ ਮੈਂ ਐਕਚੁਅਲੀ ਪਹਿਲਾਂ ਹੀ ਬੜੀ ਵਾਰੀ ਗੱਲ ਕਰ ਚੁੱਕਿਆ ਜੀ, ਮੈਂ ਤਾਂ ਨਾ ਐਕਚੁਅਲੀ ਜੋ ਆਪਾਂ ਸੁਣਦੇ ਸਾਂ ਪੰਜਾਬ ਬਾਰੇ ਜਾਂ ਕਦੇ ਸੋਚਦੇ ਸਾਂ ਕਿਸੇ ਫਿਲਮ 'ਚ ਵਿਖਾਇਆ ਜਾਊਗਾ ਜਾਂ ਕਿਤਾਬ 'ਚ ਵਿਖਾਇਆ ਜਾਊਗਾ ਜਾਂ ਵਿਖਾਇਆ ਗਿਆ ਹੋਊਗਾ, ਮੈਂ ਆਪਣੀਆਂ ਅੱਖਾਂ ਨਾਲੋਂ ਪੰਜਾਬ ਵੇਖਿਆ ਸੀਗਾ, ਜਿੱਥੇ ਭਾਈਚਾਰਾ ਸੀਗਾ, ਜਿੱਥੇ ਭੁੱਖਿਆਂ ਲਈ ਲੰਗਰ ਸੀਗਾ, ਜਿੱਥੇ ਭੁੱਖ ਵਿਖਾਉਣ ਵਾਲਿਆਂ ਦੀ ਧੌਣ ਚ ਕਿੱਲਾ ਕੱਢਣ ਵਾਲੀ ਗੱਲ ਵੀ ਨਾਲ ਚੱਲ ਰਹੀ ਸੀ। ਸੋ ਇੱਕ ਖਿੜਿਆ ਪੰਜਾਬ, ਹੱਸਦਾ ਪੰਜਾਬ, ਜਿਗਰੇ ਵਾਲਾ ਪੰਜਾਬ, ਜਜ਼ਬਾਤੀ ਪੰਜਾਬ, ਹਾਂ ਭਾਵੁਕਤਾ ਦਾ ਕਾਰਨ ਉਹ ਹੈ। ਹਾਂ ਮੈਂ ਉਹ ਪੰਜਾਬ ਵੇਖ ਕੇ ਮੈਂ ਖੈਰ ਹਾਂ, ਅਸੀਂ ਖੁਦ ਸ਼ੁਕਰ ਹੈ ਅਸੀਂ ਆਪਣੀ ਅੱਖਾਂ ਨਾਲ ਉਹ ਵੇਖ ਲਿਆ। ਪੰਜਾਬ ਦੇ ਅੰਦਰ ਤਾਂ ਹਮੇਸ਼ਾ ਹੀ ਰਿਹਾ ਜਜ਼ਬਾਤ ਰਹੇ ਨੇ, ਪੰਜਾਬ ਜਜ਼ਬੇ ਵਾਲਾ ਰਿਹਾ, ਪੰਜਾਬ ਜੋਸ਼ੀਲਾ ਰਿਹਾ, ਪੰਜਾਬ ਦਿਮਾਗੀ ਰਿਹਾ, ਪੰਜਾਬ ਸਭ ਕੁਝ ਆ। ਪੰਜਾਬ ਬਹੁਤ ਵੱਡਾ, ਪੰਜਾਬ ਦੇ ਜਿਹੜੀ ਮਿੱਟੀ ਆ, ਜਿਹੜਾ ਖੂਨ ਆ, ਇਹ ਕੁਦਰਤੀ ਬਹੁਤ ਸਟਰੋਂਗ ਆ, ਅਤੇ ਉਹਦਾ ਰੀਜ਼ਨ ਵੀ ਤਾਂ ਹੀ ਹੈ ਵੀ ਛੋਟੇ ਥੋੜ੍ਹੇ ਜਿਹੜੇ ਅਸੀਂ ਜਲਦੀ ਅਸੀਂ ਗੁੱਸਾ ਕਰ ਜਾਂਦੇ ਹਾਂ, ਬਿਕੋਜ਼ ਸ਼ਾਇਦ ਨਾ ਕਿਤੇ ਨਾ ਕਿਤੇ ਸਾਡੀ ਉਹ ਜਿਹੜੀ ਪੂਰਤੀ ਨਹੀਂ ਹੋ ਰਹੀ ਜੋ ਸਾਡੇ ਅੰਦਰ, ਸ਼ਾਇਦ ਇੱਕ ਨੈਗੇਟਿਵਿਟੀ ਜਾਂ ਨਿਰਾਸ਼ਾ ਵੱਧ ਗਈ ਸਾਡੇ ਪੰਜਾਬੀਆਂ ਦੇ ਅੰਦਰ, ਬਿਕੋਜ਼ ਕਿਤੇ ਨਾ ਕਿਤੇ ਉਹਨਾਂ ਨੂੰ ਉਹਨਾਂ ਦੇ ਉਹ ਲੱਗਦਾ ਨਹੀਂ ਕਿ ਜੋ ਉਹ ਡਿਜ਼ਰਵ ਕਰਦੇ ਸੀ ਉਹ ਮਿਲਿਆ ਹੈ ਨਾ। ਪਰ ਸਾਨੂੰ ਮੈਨੂੰ ਲੱਗਦਾ ਨਿਰਾਸ਼ ਹੋਣ ਦੀ ਲੋੜ ਨਹੀਂ ਹੈ, ਸਾਨੂੰ ਨਿੱਕੀ ਨਿੱਕੀ ਗੱਲ 'ਤੇ ਗੁੱਸੇ ਕਰਨ ਦੀ ਲੋੜ ਨਹੀਂ, ਸਾਨੂੰ ਸਮਝਣ ਦੀ ਲੋੜ ਹੈ ਜੋ ਧਰਨੇ ਨੇ ਸਾਨੂੰ ਸਿਖਾਇਆ, ਠਹਿਰਾਵ ਦੀ ਲੋੜ ਆ। ਹਰ ਲੜਾਈ ਇੱਕੋ ਤਰੀਕੇ ਨਾਲ ਨਹੀਂ ਜਿੱਤੀ ਜਾਂਦੀ ਨਾ, ਜਿਸ ਤਰੀਕੇ ਨਾਲ ਗੁਰਬਾਣੀ ਕਹਿੰਦੀ ਆ ਧੰਨ ਲਿਖਾਰੀ ਨਾਨਕਾ ਜਿਹਨੇ ਨਾਮ ਲਿਖਾਇਆ ਸੱਚ। ਅੱਜ ਅਮਤੋਜ਼ ਹੁਰੀ ਵੀ ਤੁਹਾਨੂੰ ਕਹਿ ਰਹੇ ਸੀ ਕਿ ਅਸੀਂ ਲਿਖ ਰਹੇ ਹਾਂ, ਗੀਤ ਆ ਰਹੇ ਆ, ਗੀਤਕਾਰ ਲਿਖ ਰਹੇ ਆ,
ਤੁਸੀਂ ਫਿਲਮ ਮੇਕਿੰਗ ਦਾ ਕੰਮ ਕਰਦੇ ਹੋ, ਤੁਸੀਂ ਫਿਲਮਾਂ ਲਿਖਦੇ ਵੀ ਹੋ, ਕਦੇ ਆਇਆ ਦਿਮਾਗ ਦੇ ਵਿੱਚ ਵੀ ਇਸ ਸੀਨ ਨੂੰ ਲੈ ਕੇ ਤੁਸੀਂ ਬਹੁਤ ਜ਼ਿਆਦਾ ਭਾਵੁਕ ਹੋ ਗਏ, ਮੋਰਚੇ ਨੂੰ ਲੈ ਕੇ ਭਾਵੁਕ ਹੋ ਗਏ, ਕਦੇ ਹੈ ਦਿਲ ਦੇ ਵਿੱਚ ਕੋਈ ਇੱਦਾਂ ਦੀ ਫਿਲਮ ਜਾਂ ਕਹਾਣੀ ਕੁਝ ਬਣਿਆ? ਮੋਰਚੇ ਨੂੰ ਲੈ ਕੇ ਤਾਂ ਜੀ ਮੈਂ ਭਾਵੁਕ, ਮੈਂ ਕਿਵੇਂ ਦੱਸਾਂ, ਮੈਂ ਨਾ ਜਿੱਦਣ ਪਹਿਲੀ ਵਾਰੀ ਜਿੱਦਣ ਮੈਂ ਇੱਕ ਪ੍ਰੈਸ ਕਾਨਫਰੰਸ ਹੋਣੀ ਸੀਗੀ ਮੋਰਚੇ ਨੂੰ ਲੈ ਕੇ, ਸ਼ਾਇਦ ਉਹ ਗ੍ਰਾਹਾਂ ਸਾਹਿਬ ਦੀ ਸੀ, ਉਹ ਕਹਿੰਦੇ ਵੀ ਪਤਾ ਨਹੀਂ 1.25 ਲੱਖ ਬੰਦਾ ਜਾਊਗਾ ਧਰਨੇ 'ਤੇ ਦਿੱਲੀ 'ਤੇ, ਇੰਨੀਆਂ ਪਾਣੀ ਦੀਆਂ ਟੈਂਕੀਆਂ, ਐਂ ਟਰਾਲੀਆਂ ਐਂ। ਮੈਂ ਉੱਦਣ ਹੈਰਾਨ ਹੋਇਆ ਸੀ, ਮੈਂ ਪਹਿਲੀ ਵਾਰੀ ਵੇਖਿਆ, ਮੈਂ ਤਾਂ ਨਾਮ ਵੀ ਪਹਿਲੀ ਵਾਰੀ ਵੇਖਿਆ ਸੀ, ਬੰਦਾ ਬੰਦੇ ਜਿਵੇਂ ਆਪਾਂ ਹੁਣ ਤਾਂ ਕਿਸਾਨ ਆਗੂ ਆਪਾਂ ਰੋਜ਼ ਵੇਖ ਲੈ ਗਿਆ, ਪਤਾ ਪਹਿਲਾਂ ਉੱਥੇ ਤਾਂ ਪਤਾ ਨਹੀਂ ਸਭ ਨੂੰ ਕੌਣ ਕਿਸਾਨ ਆਗੂ ਨੇ, ਹੈ ਨਾ, ਕੀ ਕਿਹੜੀਆਂ ਜਥੇਬੰਦੀਆਂ ਨੇ, ਮੈਂ ਤਾਂ ਪਹਿਲੀ ਵਾਰੀ ਕੋਈ ਜਥੇਬੰਦੀ ਵੇਖੀ, ਮੈਂ ਨਾਂ ਵੇਖਿਆ, ਮੈਂ ਹੈ ਇੰਨਾ ਸਟਰੋਂਗ ਕੰਮ ਚੱਲ ਰਿਹਾ। ਸੋ ਮੈਂ ਭਾਵੁਕ ਨਹੀਂ ਆਇਆ ਸੀ, ਬਟ ਮੈਨੂੰ ਥੋੜ੍ਹਾ ਇਹ ਫੀਲ ਹੋਇਆ ਸੀ ਕਿ ਯਾਰ ਲੈ ਅਸੀਂ ਵੇਰ ਹੀ ਨਹੀਂ, ਸਾਨੂੰ ਪਤਾ ਨਹੀਂ। ਬਟ ਉਸ ਤੋਂ ਬਾਅਦ ਜੋ ਦਿੱਲੀ ਵੱਲ ਜਾ ਰਹੀਆਂ ਸੀ ਟਰਾਲੀਆਂ, ਜੋ ਨਵਦੀਪ ਵਾਲਾ ਜਿਹੜਾ ਸੀਗਾ ਉਹ ਵਾਟਰ ਕੈਨਨ ਵਾਲਾ, ਉਹ ਮੈਨੂੰ ਲੱਗਦਾ ਓਲੰਪਿਕ ਦੇ ਜਿਹੜੇ ਗੋਲਡ ਮੈਡਲ ਜਿੱਤੇ ਨੀਰਜ ਚੋਪੜਾ ਨੂੰ, ਉਸ ਲੈਵਲ ਦਾ ਕੰਮ ਸੀ ਉਹ। ਉੱਦਣ ਲੋਕ ਭਾਵੁਕ ਹੋਏ ਸੀ, ਇਮੋਸ਼ਨਲ ਹੋਏ ਸੀ, ਲੋਕ ਤਾੜੀਆਂ ਮਾਰੀਆਂ ਸੀ, ਲੋਕਾਂ ਦਾ ਖੂਨ ਖੋਲਿਆ ਸੀ, ਹੈ ਨਾ। ਸੋ ਉਸ ਦਿਨ ਜਿਹੜੇ ਬੈਰੀਗੇਟ ਨੇ ਉਹ ਸਿਰਫ ਸੜਕਾਂ ਦੇ ਬੈਰੀਗੇਟ ਨਹੀਂ ਤੋੜ ਰਹੇ ਸੀਗੇ, ਲਿਖਾਰੀ ਕੀ ਸੋਚ ਰਿਹਾ ਸੀ ਉਦੋਂ, ਜੋ ਦੋ ਧਿਰ ਲੜਾ ਗਿਆ ਜਿੱਤ ਗਿਆ, ਬਹੁਤੀ ਉਹ ਗੱਲ ਨੀ ਵੀ ਫਲਾਵਰੀ ਜੀ ਗੱਲ ਨੀ, ਇਹ ਸੱਚ ਆ। ਤੇ ਉਹ ਦੋਨੇ ਲੜੇ ਜਾਂਦੇ ਜਿੱਤੀਆਂ ਸੀਗੇ, ਉਦਣ ਬੈਰੀਗੇਟ ਉਹ ਹੀ ਨੀ ਟੁੱਟ ਰਹੇ ਸਨ, ਬੈਰੀਗੇਟ ਉਦੋਂ ਨਫ਼ਰਤ ਦੇ ਟੁੱਟ ਰਹੇ ਸਨ। ਮੈਂ ਉਹ ਨਫ਼ਰਤ ਦੇ ਬੈਰੀਗੇ ਟੁੱਟ ਰਿਹਾ ਵੇਖ ਰਿਹਾ ਸੀ ਕਿ ਜਿਹੜਾ ਲਿਖਾਰੀ ਗੱਲ ਹੋਈ ਆ, ਜਿਹੜਾ ਜਿਹੜਾ ਵੀ ਸਿਆਣਾ ਬੰਦਾ ਗੱਲ ਹੋਈ ਆ, ਮਤਲਬ ਹਰ ਪਤਾ ਜਿਹੜਾ ਜਿਹੜਾ ਬੰਦਾ ਚਾਹੁੰਦਾ ਯਾਰ ਵੀ ਕੋਈ ਗੱਲ ਹੋਵੇ, ਕੋਈ ਲੜਾਈ ਹੋਵੇ, ਕੋਈ ਯੁੱਧ ਹੋਵੇ, ਕਿਸੇ ਗੱਲ ਨੂੰ ਲੈ ਕੇ ਹੋਵੇ, ਐਵੇਂ ਨਿੱਕੀ ਨਿੱਕੀ ਗੱਲ 'ਤੇ ਜਿਹੜੇ ਯੁੱਧ ਨੇ, ਕੋਈ ਯੁੱਧ ਨਹੀਂ ਹੁੰਦੇ, ਇਹ ਤਾਂ ਐਵੇਂ ਸਾਨੂੰ ਮਤਲਬ ਉਹਨਾਂ ਨੇ ਮੌਕੇ ਦਿੱਤੇ ਹੋਏ ਨੇ ਲੜਨ ਦੇ, ਇੱਕ ਰੀਜ਼ਨ ਦਿੱਤੇ ਹੋਏ ਨੇ, ਹੈ ਨਾ। ਸੋ ਸਾਡੀ ਹੈ ਨਾ, ਤਾਂ ਮੈਨੂੰ ਉੱਦਣ ਬੜੀ ਖੁਸ਼ੀ ਹੋਈ ਸੀ, ਸ਼ਾਇਦ ਇਹ ਖਿੱਤਾ ਜਿਹੜਾ ਆ ਇਹ ਇੱਕ ਇੱਥੇ ਆਏ ਹੋ, ਵਿਚ ਰਹੇ ਹੋ, ਵਿੱਚ ਦੀ ਲੰਘ ਕੇ ਆਏ ਹੋ, ਇੱਥੇ ਪ੍ਰੈਸ ਕਾਨਫਰੰਸ ਵੀ ਹੋਈ ਹੈ, ਉਹਨਾਂ ਕਿਸਾਨਾਂ ਵਿੱਚ ਦੀ ਲੰਘ ਕੇ ਆਏ ਹੋ ਜਿਹੜੇ 8-8 ਮਹੀਨਿਆਂ ਤੋਂ ਇੱਥੇ ਸੜਕਾਂ 'ਤੇ ਬੈਠੇ ਆ, ਗਰਮੀ ਵੀ ਵੇਖੀ, ਅੱਜ ਮੀਂਹ ਪਿਆ, ਅੱਜ ਮੀਂਹ ਛੱਪਰ ਵੀ ਚੋ ਰਹੇ ਸੀ, ਅਤੇ ਤੁਹਾਡਾ ਇਮੈਜੀਨੇਸ਼ਨ ਕੀ ਕਹਿੰਦਾ ਸੀ, ਦਿਲ ਦੇ ਅੰਦਰ ਕੀ ਖਿਆਲ ਆ ਰਹੇ ਸੀਗੇ? ਮੈਂ ਪਹਿਲਾਂ ਵੀ ਦੱਸਿਆ ਜੀ, ਮੈਂ ਕੁਛ ਥਾਵਾਂ ਤੱਕ ਤਾਂ ਮੈਂ ਹੋਰ ਤਰ੍ਹਾਂ ਫੀਲ ਕਰ ਰਿਹਾ ਸੀ, ਪਰ ਕੁਛ ਸਮੇਂ ਬਾਅਦ ਮੈਂ ਵੇਖ ਰਿਹਾ ਸੀ ਇੱਕ ਅਜੂਬਾ। ਮੈਂ ਵੀ 2-3 ਮਹੀਨੇ ਬਾਅਦ ਆਇਆ ਵੀਰੇ, ਜ਼ਿਆਦਾ ਹੀ ਹੋਇਆ ਮੈਨੂੰ ਤਾਂ ਲੱਗਦਾ, ਗਰਮੀਆਂ 'ਚ ਮੈਂ ਵੀ ਨਹੀਂ ਆਇਆ, ਗਰਮੀਆਂ 'ਚ ਕੋਈ ਨਹੀਂ ਆਇਆ, ਕੋਈ ਸੂਰਮਾ, ਜਿਹੜੇ ਅਸਲੀ ਸੂਰਮੇ ਸੀ ਉਹ ਹੀ ਰਹੇ ਗਰਮੀਆਂ 'ਚ। ਹੁਣ ਵੇਖੋ ਜੀ, ਸਤੰਬਰ ਤੋਂ ਬਾਅਦ ਫਿਰ ਆਉਣਗੇ, ਜ਼ਰੂਰੀ ਵੀ ਆ, ਲੋਕ ਆਪਣੇ ਕੰਮਾਂ 'ਚ ਵੀ ਖੁੱਸਾ ਸੀ, ਆਪਣੇ ਹਰ ਬੰਦੇ ਨੇ ਕੰਮ ਵੀ ਕਰ ਰਹੇ, ਪਰ ਦੋਨੇ 'ਚ ਇਕੱਠੀਆਂ ਕਰ ਰਹੇ ਹੈ ਨਾ। ਉਹ ਜਦੋਂ ਸ਼ੁਰੂ ਹੋਇਆ ਉਦੋਂ ਹੋਰ ਫੀਲ ਸੀ ਮੇਰੇ ਅੰਦਰ, ਪਰ ਹੌਲੀ ਹੌਲੀ ਜਿਵੇਂ ਅੱਗੇ ਵਧੀ ਗਏ, ਤਾਂ ਮੈਂ ਜਿਵੇਂ ਜਿਵੇਂ ਲੋਕਾਂ ਨੂੰ ਵੇਖਦਾ ਜਾ ਰਿਹਾ ਸੀਗਾ, ਉਹਨਾਂ ਦੀ ਪਕਿਆਈ ਵੇਖ ਰਿਹਾ ਸੀ ਮੈਂ, ਯਾਨੀ ਉਹ ਸਾਨੂੰ ਵੇਖ ਰਹੇ ਸੀ, ਹੱਥ ਹਿਲਾ ਰਹੇ ਸੀ, ਹੈ ਨਾ। ਤਾਂ ਉਹ ਐਕਚੁਅਲੀ ਟਰੈਕਟਰ ਮਾਰਚ ਸਾਨੂੰ ਅਹਿਸਾਸ ਕਰਾਇਆ ਸੀ ਕਿ ਤੁਸੀਂ ਵਾਕਈ ਟਰੈਕਟਰ ਮਾਰਚ ਕਰ ਰਹੇ ਹੋ, ਸਾਡੇ ਸਾਹਮਣੇ ਲੰਘ ਰਹੇ ਹੋ, ਅਸੀਂ ਇਸ ਪਲ ਨੂੰ ਇੰਜੋਏ ਕਰ ਰਹੇ ਹਾਂ ਤੁਹਾਡੇ ਨੂੰ, ਥੈਂਕ ਯੂ ਸੋ ਮੱਚ, ਵੈਰੀ ਗੁੱਡ, ਸ਼ਾਬਾਸ਼। ਤਾਂ ਲੱਗ ਰਿਹਾ ਸੀਗਾ ਕਿ ਉਹ ਇਹ ਨਹੀਂ ਅੱਛਾ ਐਵੇਂ ਤੁਰ ਫਿਰਦੇ ਕੋਈ, ਹੈ ਨਾ, ਇਹ ਨਹੀਂ ਸੀਗੇ, ਉਹ ਖੁਸ਼ ਸਨ, ਇਹਦਾ ਮਤਲਬ ਉਹ ਕਿਸੇ ਗੱਲੋਂ ਨਿਰਾਸ਼ ਨਹੀਂ ਹੈਗੀ, ਇਸ ਨਿੱਕੇ ਜਿਹੇ ਮੂਮੈਂਟ ਨੂੰ ਇੰਨਾ ਇੰਜੋਏ ਕਰ ਰਹੇ ਆ, ਹੈ ਨਾ, ਹੱਥ ਸਾਰੇ ਬਜ਼ੁਰਗ ਮਾਵਾਂ ਭੈਣਾਂ ਸਾਰੇ। ਤਾਂ ਮੈਨੂੰ ਮੈਂ ਇਹ ਫੀਲ ਕਰ ਸਕਦਾ ਵੀ ਯਾਰ ਇੱਥੋਂ ਇਹ ਸਾਬਤ ਹੁੰਦਾ ਹੈ ਵੀ ਇਹ ਲੋਕ ਖੁਸ਼ ਨੇ, ਇਹ ਦੁਖੀ ਨਹੀਂ ਅੱਜ, ਔਰ ਇਹਨਾਂ ਨੂੰ ਯਕੀਨ ਹੈ ਵੀ ਜਿੱਤਣਗੇ, ਜਿਹੜੇ ਹਿਸਾਬ ਨਾਲ ਉਹਨਾਂ ਨੇ ਪੱਕੇ ਡੇਰੇ ਲਾਏ ਆ, ਹੈ ਨਾ, ਪੱਕੇ ਡੇਰੇ, ਮੈਂ ਕਹਿੰਦੇ ਨੇ ਪੱਕੇ ਡੇਰੇ ਤਾਂ ਪੱਕੇ ਜੇਰੇ ਹੋਏ ਬੈਠੇ ਇਹਨਾਂ ਦੇ। ਸਰਕਾਰ ਕਹਿ ਰਹੀ ਹੈ ਕਿ ਅਸੀਂ ਰੱਦ ਨਹੀਂ ਕਰਨੇ ਬਿੱਲ, ਪਰ ਸਰਕਾਰ ਨੂੰ ਕੀ ਲੱਗਦਾ, ਸਰਕਾਰ ਕਿਉਂ ਇੰਨੇ ਕੌਨਫੀਡੈਂਸ ਨਾਲ ਕਹਿੰਦੀ ਆ ਬਿੱਲ ਕਿਸਾਨਾਂ ਦੇ ਹਿੱਤ 'ਚ ਨੇ, ਅਸੀਂ ਰੱਦ ਹੀ ਨਹੀਂ ਕਰਨੇ? ਸਰਕਾਰ ਕਦੇ ਕਹੂਗੀ ਕਿ ਜੀ ਅਸੀਂ ਡਰ ਰਹੇ ਹਾਂ, ਸਾਨੂੰ ਡਰ ਲੱਗ ਰਿਹਾ, ਸ਼ਾਇਦ ਅਸੀਂ ਕਰ ਦਈਏ, ਕਦੇ ਨਹੀਂ ਕਹੂਗੀ ਸਰਕਾਰ। ਸਰਕਾਰ ਦੀ ਇੱਕ ਜਿੱਤ ਰਹੀ ਹੈ ਉਹ ਹੈ ਕਿ ਲੰਮਾ ਚਲਾ ਗਈ ਉਹ, ਪਰ ਸਾਡੀ ਉੱਦੋਂ ਵੱਡੀ ਜਿੱਤ ਹੈ ਕਿ ਅਸੀਂ ਲੰਮਾ ਹੋਰ ਚਲਾ ਗਏ, ਇਹ ਦੋਨੇ ਤਰ੍ਹਾਂ ਹੀ ਹੈ। ਸਿਆਣੇ ਆਪਣੇ ਬਜ਼ੁਰਗ ਤਾਂ ਪਹਿਲੇ ਦੋਨੇ 6-6 ਮਹੀਨੇ ਦਾ ਰਾਸ਼ਨ ਲੈ ਕੇ ਆਏ ਆ, ਕੁਛ ਲੋਕ ਸਨ ਜਿਹੜੇ ਇਹਨਾਂ ਲੱਗਦਾ ਸੀ ਵੀ ਆਹ ਅਗਲੇ ਹਫ਼ਤੇ ਹੋ ਜਾਣਾ ਚਾਹੀਦਾ ਕੰਮ, ਹੁਣੇ ਹੋਣਾ ਚਾਹੀਦਾ, ਹੁਣੇ ਹੋ ਜਾਣੇ, ਉਹ ਪਹਿਲੀ ਸਿਆਣੇ ਸੀ, ਉਹਨਾਂ ਨੂੰ ਪਤਾ ਸਰਕਾਰ ਹੈ, ਮੱਥਾ ਲਾਉਣਾ, ਬਹੁਮਤ ਵਾਲੀ ਸਰਕਾਰ ਆ, ਵੱਡੇ ਬਹੁਮਤ ਵਾਲੀ ਸਰਕਾਰ ਆ, ਇੰਨੀ ਛੇਤੀ ਨਹੀਂ ਮੰਨਦੀ, ਉਹ ਕਦੇ ਹਾਰੀ ਨਹੀਂ ਹੈ। ਪਹਿਲੀ ਵਾਰੀ ਮਾੜੀ ਜਿਹੀ ਗੋਡਿਆਂ ਪਾਰ ਹੋਈ ਸੀ, ਥੋੜ੍ਹਾ ਜਿਹਾ ਚੱਕਰ ਚੁੱਕਰ ਜਿਹਾ ਕਰਕੇ ਲੰਮਾ ਕਰ ਗਈ, ਪਰ ਹੈਰਾਨ ਹੋ, ਅੱਜ ਹੈਰਾਨ ਹੀ ਹੋਰੂ ਵੀ ਯਾਰ ਇੱਕ ਤਾਂ ਇੰਨੇ ਲੰਬੇ ਚੱਲ ਗਏ, ਦੂਜਾ ਸਾਡੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਇਹ ਬੰਦੇ ਕਿਤੇ ਵੀ ਤੜਕ ਨਹੀਂ ਰਹੇ।
ਆਪਸ ਮਾੜਾ ਮੋਟਾ ਹੁੰਦਾ ਉਹਨੂੰ ਅੱਜ ਵੀ ਜਿਵੇਂ ਹੁਣ ਪ੍ਰੈਸ ਕਾਨਫਰੰਸ ਵੇਖ ਰਹੇ ਸੀ ਉਹਨੂੰ ਬਹੁਤ ਵਾਰ ਨਹੀਂ ਕੁਛ ਹੋ ਰਹੀ ਸੀਗੀ ਆਪਣੇ ਹੀ ਬੰਦੇ ਕਰ ਰਹੇ ਨੇ ਬਟ ਥੋੜ੍ਹੇ ਭਾਵੁਕ ਹੋ ਜਾਂਦੇ ਮੇਰੇ ਲੱਗਦਾ ਉਹ ਜਿਹੜੀ ਬਾਅਦ ਚ ਮਾਨ ਸਾਹਿਬ ਮਾਨ ਭਾਈ ਵੀ ਗੱਲ ਕਰਦੇ ਸੀਗੇ ਵੀ ਯਾਰ ਘਰਾਂ ਚ ਵੀ ਤੇ ਭਾਂਡੇ ਖੜਕ ਹੀ ਜਾਂਦੇ ਆ ਮਾੜੀ ਮਾੜੀ ਲੜਾਈਆਂ ਹੁਣ ਆਪਾਂ ਬੈਠੇ ਆਪਾਂ ਦੋ ਦਿਨ ਰਹਿ ਲਈ ਵੀਰੇ ਮੈਂ ਤੁਹਾਡਾ ਕੈਮਰਾਮੈਨ ਹੋ ਜਾਂ ਤੁਸੀਂ ਹੋ ਜੇ ਰਿਪੋਰਟਰ ਤੇ ਦੋਵਾਂ ਕਿਤੇ ਨਾ ਬਾਅਦ ਆਪਾਂ ਲੜੀ ਪੈਣਾ ਜਦੋਂ ਬੰਦੇ ਇਕੱਠੇ ਕੰਮ ਕਰਦੇ ਆ ਨਾ ਮਾੜੀ ਮੋਟੀ ਲੜਾਈ ਹੁੰਦੀ ਰਹਿੰਦੀ ਹੈ ਆਖਰੀ ਸਵਾਲ ਆ ਮੇਰਾ ਨੌਜਵਾਨੀ ਨੂੰ ਕੀ ਕਹਿਣਾ ਚਾਹੋਗੇ ਨੌਜਵਾਨੀ ਇਸ ਵਕਤ ਮੈਨੂੰ ਉਹ ਲੱਗਦਾ ਵੀ ਇੱਕ ਤਾਂ ਨੌਜਵਾਨੀ ਕਹਿ ਚੁੱਕੀ ਹੈ ਕਿ ਉਹ ਜਿਉਂਦੀ ਆ ਉਹ ਚਾਹੇ ਤੁਹਾਡੇ ਹਾਕੀ ਦੇ ਖਿਲਾੜੀ ਮੁੰਡੇ ਕੁੜੀਆਂ ਕਹਿ ਚੁੱਕੇ ਨੇ ਹੈ ਨਾ ਚਾਹੇ ਓਲੰਪਿਕ ਦੇ ਜਿੰਨੇ ਵੀ ਪਾਰਟੀਸਪੈਂਟ ਨੇ ਸਾਰੇ ਕਹਿ ਚੁੱਕੇ ਨੇ ਉਹ ਵੀ ਜਿਉਂਦੇ ਆ ਫਿਰ ਧਰਨੇ ਜੀ ਵੀ ਤੁਸੀਂ ਦੇਖਿਆ ਉਹ ਕਹਿ ਚੁੱਕੇ ਨੇ ਜਿਉਂਦੇ ਆ ਅੱਜ ਤੁਸੀਂ ਇੱਥੇ ਵੇਖਿਆ ਹੋਣਾ ਕਿ ਸਾਰੇ ਜਿਹੜੇ ਵਲੰਟੀਅਰ ਸਾਰੇ ਨੌਜਵਾਨ ਆ ਸੋ ਨੌਜਵਾਨ ਜਿਉਂਦੇ ਆ ਨੌਜਵਾਨ ਕਹਿ ਰਹੇ ਅਸੀਂ ਜਿਉਂਦੇ ਹਾਂ ਅਸੀਂ ਸੁਣਨਾ ਮੈਨੂੰ ਲੱਗਦਾ ਵੀ ਉਹ ਵੀ ਥੋੜ੍ਹੇ ਜਿਹੇ ਮੈਨੂੰ ਲੱਗਦਾ ਪਤਾ ਨਹੀਂ ਹੋਊਗਾ ਵੀ ਪਤਾ ਨਹੀਂ ਮੈਂ ਤਾਂ ਜਦੋਂ ਲੱਭ ਪੰਜਾਬ ਬਣੇ ਸੀ ਉਦੋਂ ਹੀ ਮੈਨੂੰ ਉਨੀ ਲੱਭ ਨਹੀਂ ਰਹੀ ਸੀ ਪ੍ਰੋਬਲਮਸ ਜਿੰਨੀਆਂ ਦੱਸੀਆਂ ਜਾ ਰਹੀਆਂ ਪੰਜਾਬ ਬਾਰੇ ਇੱਕ ਸਾਜ਼ਿਸ਼ ਸੀਗੀ ਪੰਜਾਬ ਇੰਨਾ ਨਹੀਂ ਮਰ ਸਕਦਾ ਯਾਰ ਜਿੰਨਾ ਮਾਰਤਾ ਸੀਗਾ ਪਰ ਚਲੋ ਅੱਜ ਪੰਜਾਬ ਨੇ ਸਾਬਤ ਕਰਤਾ ਨੌਜਵਾਨੀ ਕਹਿ ਰਹੀ ਹੈ ਵੀ ਖੜ ਜਾਓ ਕੋਈ ਨਹੀਂ ਸਬਰ ਕਰੋ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਤੁਸੀਂ ਨਿਰਾਸ਼ ਨਾ ਹੋ ਕਿ ਨੌਜਵਾਨੀ ਇਸ ਪੰਜਾਬ ਦੀ ਇਸ ਮੁਲਕ ਦੀ ਕਦੇ ਨਹੀਂ ਮਰ ਸਕਦੀ ਅਸੀਂ ਨੌਜਵਾਨ ਮੈਂ ਨੌਜਵਾਨੀ ਤਾਂ ਕੁਝ ਨਹੀਂ ਕਹਿ ਸਕਦਾ ਮੈਂ ਤਾਂ ਇਹ ਕਹਿ ਸਕਦਾ ਵੀ ਜਿਉਂਦੇ ਰਹੋ ਵੀਰਿਓ ਧੰਨਵਾਦ ਤੁਹਾਡਾ ਤੁਸੀਂ ਸਾਡੀ ਇੱਕ ਹੋਪ ਬਣ ਕੇ ਸਾਹਮਣੇ ਆਏ ਹੋ ਵੀ ਸਾਨੂੰ ਲੱਗਦਾ ਯਾਰ ਸਾਡੇ ਵੀਰ ਹਲੇ ਵੀ ਖਬਰਾਂ ਕਹਿ ਲਓ ਜਾਂ ਉਹੀ ਸੋਸ਼ਲ ਮੀਡੀਆ ਦੀਆਂ ਜਿਹਦੇ ਵੀ ਚਲਾਕੀਆਂ ਜਾਂ ਸਾਜ਼ਿਸ਼ਾਂ ਆਈਆਂ ਵੀ ਪੰਜਾਬ ਨੂੰ ਉਹਨਾਂ ਨੇ ਡੀਮੋਰਲਾਈਜ਼ ਨਹੀਂ ਕਰਦੇ ਆਪਾਂ ਵੀ ਬੰਦੇ ਨੂੰ ਐਂ ਕਹਿ ਦਿਓ ਵੀ ਉਹਨਾਂ ਤੋਂ ਕੁਛ ਨਹੀਂ ਉਹ ਭਰਾਵਾ ਜੋ ਇੱਕ ਬੱਚੇ ਨੂੰ ਜਿਹਨੂੰ ਇੱਕ ਬੱਚੇ ਨੂੰ ਤਾਂ ਸ਼ਾਬਾਸ਼ ਦਿੰਦੇ ਨੇ ਬਹੁਤ ਅੱਛੇ ਵੀ ਨੰਬਰ ਲੈ ਦੋਹਾਂ 'ਚ ਪੰਜ ਲੈ ਲੈ ਵੈਰੀ ਗੁੱਡ ਇੱਕ ਨੇ ਸੱਤ ਲੈ ਜਾਂਦਾ ਮੈਂ ਕਹਿੰਦਾ ਨਿਊਜ਼ ਲੈ ਸੱਤ ਉਹ ਜਾ ਤੂੰ ਤਾਂ ਕੁਛ ਨਹੀਂ ਉਹ ਬੰਦਾ ਡਾਊਨ ਹੋਣ ਲੱਗ ਜਾਂਦਾ ਸੋ ਪੰਜਾਬ ਨਾਲ ਕਿਤੇ ਨਾ ਕਿਤੇ ਉਹ ਸਾਜ਼ਿਸ਼ ਹੋਈ ਹੈ ਕਿ ਉਹਨੂੰ ਡਾਊਨ ਕੀਤਾ ਗਿਆ ਪਰ ਪੰਜਾਬ ਫਿਰ ਖੜਾ ਹੋਇਆ ਸਲੂਟ ਆ ਸਾਡੇ ਨੌਜਵਾਨਾਂ ਨੂੰ ਸ਼ੁਕਰੀਆ ਥੈਂਕ ਸੋ ਮਚ ਇਹ ਸੀਗੇ ਬਾਈ ਅੰਬਰਦੀਪ ਸਿੰਘ ਇਹਨਾਂ ਦਾ ਕਹਿਣਾ ਹੈ ਕਿ ਮੈਨੂੰ ਮੋਰਚੇ 'ਚੋਂ ਜੋ ਹੈ ਗੁੱਡ ਵਾਈਬਸ ਆਉਂਦੀਆਂ ਨੇ ਜਿਸ ਤਰੀਕੇ ਨਾਲ ਇਹਨਾਂ ਨੇ ਕਿਹਾ ਕਿ ਨਵਦੀਪ ਹੋਰਾਂ ਨੇ ਜਿਵੇਂ ਵਾਟਰ ਕੈਨਨ ਮੋੜਿਆ ਸੀ ਮੈਨੂੰ ਲੱਗਦਾ ਵੀ ਕਿਸੇ ਓਲੰਪਿਕ ਪਲੇਅਰ ਤੋਂ ਉਹ ਘੱਟ ਨਹੀਂ ਸੀ ਅਜਿਹਾ ਇਹਨਾਂ ਦਾ ਕਹਿਣਾ ਮੈਂ ਉਸ ਦਿਨ ਖੁਸ਼ੀ ਮਨਾ ਰਿਹਾ ਸੀ ਕਿ ਉਹ ਬੈਰੀਕੇਡ ਟੁੱਟੇ ਸੀ ਉਹ ਪੰਜਾਬ ਤੇ ਹਰਿਆਣੇ ਦੇ ਵਿਚਾਲੇ ਜੋ ਨਫ਼ਰਤ ਦੇ ਬੀਜ ਬੀਜੇ ਗਏ ਸੀ ਉਹ ਬੈਰੀਕੇਡ ਟੁੱਟੇ ਸੀ ਅਜਿਹਾ ਇਹਨਾਂ ਦਾ ਕਹਿਣਾ ਤੇ ਕਹਿ ਰਹੇ ਨੇ ਕਿ ਨੌਜਵਾਨੀ ਜੋ ਹੈ ਸਾਡੇ ਲਈ ਇੱਕ ਹੋਪ ਬਣ ਕੇ ਆਈ ਹੈ ਤੇ ਜਦੋਂ ਤੱਕ ਖੇਤੀ ਬਿੱਲ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਉਦੋਂ ਤੱਕ ਜੋ ਹੈ ਸੰਘਰਸ਼ ਜਾਰੀ ਰਹੇਗਾ ਕੈਮਰਾਮੈਨ ਸ਼ਸ਼ੀਪਾਲ ਦੇ ਨਾਲ ਮੈਂ ਸਿਮਰਨਜੀਤ ਸਿੰਘ ਪ੍ਰੋ ਪੰਜਾਬ ਟੀਵੀ ਸਿੰਘੂ ਬਾਰਡਰ ਨਿਊ ਦਿੱਲੀ